ਇੱਕ ਇਮਾਨਦਾਰ ਅਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ, ਦੀਨ ਦੁਖੀਆਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਣ ਵਾਲੇ ਸਰਦਾਰ ਗੁਰਮੇਲ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਤੇ ਕਈ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤ ਤੇ ਪੁੱਜੀਆਂ, ਜਿਨ੍ਹਾਂ ਨੇ ਸਰਦਾਰ ਗੁਰਮੇਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਆਏ ਕੀਰਤਨ ਜਥੇ ਵੱਲੋਂ ਵਿਰਾਗਮੈ ਕੀਰਤਨ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਪਰਿਵਾਰ ਨੂੰ ਦੁੱਖ ਸਾਂਝਾ ਕਰਨ ਵਾਸਤੇ
ਨਾਮ ਆਪਣੀ ਕਥਾ ਦੇ ਨਾਲ ਪਰਿਵਾਰ ਨੂੰ ਆਪਾਂ ਨੂੰ ਸਾਰਿਆਂ ਨੂੰ ਉਸ ਵਿਛੜੀਆਂ ਹੋਈਆਂ ਰੂਹਾਂ ਦੇ ਪ੍ਰਤੀ ਗੁਰੂ ਮਹਾਰਾਜ ਦੀ ਬਾਣੀ ਦੇ ਆਧਾਰ ਆਪਣਾ ਕੁਝ ਹੌਸਲਾ ਬੱਝਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਆਪਾਂ ਨੂੰ ਸਾਰੇ ਗੰਭੀਰਾਂ ਅਤੇ ਮਹਿੰਦਰਾਂ ਨੂੰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਉਸਨੇ ਇੱਕ ਨੂੰ ਗਿਣਿਆ ਜਾਣਾ। ਪਰ ਜਿਹੜੀ ਬੇਵਕਤ ਅਤੇ ਜੰਗ ਹੈ ਉਸਦਾ ਬਹੁਤ ਵੱਡਾ ਰੁਕਦਾ ਹੈ। ਬਾਣੀ ਦਾ ਪ੍ਰਮਾਣ ਜੋ ਆਇਆ ਸੋ ਚਲਸੀ ਸਭ ਤੋਂ ਆਈ ਵਾਰੀ ਹੈ ਕਹਿਣ ਤੋਂ ਭਾਵ ਵੀ ਜੋ ਕੋਈ ਵਿਅਕਤੀ ਸੰਸਾਰ ਤੇ ਆਉਂਦਾ ਅਕਸਰ ਇੱਕ ਨਾ ਇੱਕ ਦਿਨ ਉਹਦੇ ਆਪਦੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸੰਸਾਰ ਤੋਂ ਚਲੇ ਜਾਣ। ਪਰ ਫਿਰ ਵੀ ਕਦੇ ਜਦੋਂ ਰੋਜ਼ਮਰਾ ਦੀ ਜ਼ਿੰਦਗੀ 'ਚ ਵੇਖੀਦਾ ਕਿ ਸਾਡੇ ਕੋਲੋਂ ਕਈ ਸੱਜਣ ਵਿਛੜ ਜਾਂਦੇ ਨੇ ਉਹ ਜੀ ਚਲੇ ਜਾਣ ਔਰ ਇੱਕ ਉਹ ਸ਼ੋਕ ਸਮਾਗਮ 'ਤੇ ਤੁਸੀਂ ਉਹਨਾਂ ਦੇ ਇਕੱਠੇ ਹੋਵੋ ਇਹ ਉਸ ਪਰਿਵਾਰ ਦੇ ਜੇ ਪੁੱਛਿਆ ਜਾਣਦਾ ਹੋਏਗਾ ਕਿ ਉਹਨਾਂ ਨੇ ਕੀ ਬੀਤੀ। ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਸੁਣ ਕਾਮ ਸੋਆ ਪੂਜਾ ਸੁਣ
Bye.